सबसिडी देखो जिन्हें भी सरकार वालों मिलती है अप्लाई करे सब सबसिडी आई है लोगों के घर जाके सर्विस करके आए हैं असियत तो गल ये भी आप एक रसी जिन्ने इंच से लाती सोनू बाहन के दाना उन्ने इंच से मिलेगा होर बी जी जी क्वालिटी है वो बारे थोड़ा सानू दसो कुछ भी हजार एकड़ की जानी कोई सर्विस नहीं सर्विस नहीं आई है सिर्फ एक माड़ा मोटा कि गिरारियां ले आए हैं जो वो चेंज करिया ने बाकी नहीं कुछ भी नहीं करे जिम्मे किसान भरावो अज आप शहर फतेहगढ़ साहब के मैशियो के डीलर से पहुंचे हाँ मैशियो दियाँ खास खास गल्ल तकनीक ये बी जी शेयर करते हैं बी जी तुम कि चिर तो यह डीलरशिप आपके को पिछले साल तो साल डेढ़ साल तो शेयर कर रहे हैं जे तुम आप देखते हैं पंजाब दे विच होर भी कंपनी दे प्लांटर विकते हैं बहुत विकते हैं ठीक है ना जी ये सूनू की खासियत यदि कि एक्यूरेसी बहुत वधिया जी जिवें आप कह दी किसान भरावान सरल भाषा दे विच भी आप अठ इंच ते दाना बनता तां सारा वाहन अठ इंच ते अठ ते ही पएगा छे ते बन ते छे ते छे ते मिलेगा वो नहीं हैगा भी अठ ते बन ते कोई सत ते सिट रही है कोई जां छे ते सिट रहा है किसान भरावो भाई जी कहिंदे भी खासियत गल इह है भी आप एक्यूरेसी जिन्ने इंच ते लाती सोनू वाहन दे विच दाना उन्ने इंच ते मिलेगा ਹੋਰ ਬਾਈ ਜੀ ਦੀ ਜਿਹੜੀ ਕੁਆਲਿਟੀ ਆ ਉਹਦੇ ਬਾਰੇ ਥੋੜਾ ਸਾਨੂੰ ਦੱਸੋ ਸਰਵਿਸ ਬਾਰੇ ਹੋਰ ਬਾਹਰ ਇਟਲੀ ਦੀ ਕੰਪਨੀ ਹੈ ਇਹ ਅੱਛਾ ਜੀ ਸਭ ਤੇ ਇੱਕ ਨੰਬਰ ਤੇ ਚੱਲ ਰਹੀ ਹੈ ਹੁਣ ਪਿਛਲੇ ਸਾਲ ਵੀ ਸਭ ਤੇ ਵੱਧ ਵਿਕੀਆਂ ਨੇ ਠੀਕ ਹੈ ਕੋਈ ਨਹੀਂ ਆਇਆ ਤਾਂ ਕੰਪਨੀਆਂ ਬਾਜ਼ਾਰ ਬਹੁਤ ਆ ਗਈਆਂ ਨੇ ਬਾਜ਼ਾਰ ਦੇ ਵਿੱਚ ਲੇਕਿਨ ਸਭ ਤੇ ਵੱਧ ਵਿਕਣ ਵਾਲਾ ਬ੍ਰਾਂਡ ਇਹੀ ਹੈ ਜਿਹੜੀ ਆਪਾਂ ਗੱਲ ਕਰਦੀ ਹੈ 1000 ਕਿਲੇ ਬਾਅਦ 1500 ਕਿਲੇ ਬਾਅਦ ਸਰਵਿਸ ਦੀ ਗੱਲ ਕਰਦੀ ਹੈ ਉਹਦੇ ਸਰਵਿਸ ਬਾਰੇ ਕੀ ਤੁਸੀਂ ਸਰਵਿਸ ਤਾਂ ਪਿਛਲੇ ਸਾਲ ਕਿੰਨੀ ਕੁ ਮਹਿੰਗੀ ਆ ਤੇ ਕਿੰਨਾ ਕੁ ਮੈਂ ਕਹਿੰਦਾ ਕਿੰਨਾ ਕੁ ਮਟੀਰੀਅਲ ਜ਼ਿਮੀਦਾਰ ਘਰੇ ਕਰ ਲੂ ਆਪ ਪਿਛਲੇ ਸਾਲ ਮੈਂ ਕਿਹਾ ਮੇਰੇ ਮਿੱਤਰ ਨੂੰ ਦਿੱਤੇ ਸੀ ਉਸਨੇ ਪਿਛਲੇ ਸਾਲ 1000 ਕਿਲੇ ਦੇ ਏਕੜੇ ਦੇ ਨਾਲ ਬੀਜਤਿਆ 1000 ਏਕੜ 1000 ਏਕੜ ਕੋਈ ਸਰਵਿਸ ਨਹੀਂ ਆਈ ਉਹਦੀ ਅੱਛਾ ਜੀ ਕੁਛ ਵੀ ਕੰਪਲੀਟ ਨਹੀਂ ਏਕੜ ਦੀ ਜਾਣੀ ਕੋਈ ਸਰਵਿਸ ਨਹੀਂ ਕੋਈ ਸਰਵਿਸ ਨਹੀਂ ਆਈ ਹੈਗੀ ਸਿਰਫ ਇੱਕ ਮਾੜਾ ਮੋਟਾ ਕਿ ਗਰਾਰੀਆਂ ਦੇ ਵਾਲੇ ਆ ਜੋ ਉਹ ਚੇਂਜ ਕਰੀਆਂ ਨੇ ਬਾਕੀ ਨਹੀਂ ਕੁਛ ਵੀ ਨਹੀਂ ਕਰਿਆ ਜਿਵੇਂ ਮੰਨ ਲਓ ਕਿਸਾਨ ਨੂੰ ਲੋੜ ਪੈ ਗਈ ਵੀ ਉਹ ਇੰਨੀ ਕੁ ਸੌਖੀ ਹੈ ਵੀ ਆਪ ਵੀ ਸਮਾਰ ਲੂਗਾ ਆਪ ਹੀ ਸਮਾਰ ਲੂਗਾ ਕੋਈ ਵੱਡੀ ਗੱਲ ਨਹੀਂ ਉਹਨੂੰ ਕਿਤੇ ਜਾਣ ਦੀ ਲੋੜ ਤਾਂ ਨਹੀਂ ਜਾਂ ਛੋਟੇ ਕੋਲੇ ਮਸ਼ੀਨ ਲਿਆਉਣ ਦੀ ਲੋੜ ਨਹੀਂ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਵੈਸੇ ਮੈਸ਼ੀ ਕੰਪਨੀ ਦੀ ਹੈ ਜਿੰਨੇ ਵੀ ਅਸੀਂ ਪਿਛਲੇ ਸਾਲ ਪਲਾਂਟਰ ਵੇਚੇ ਸੀਗੇ ਨਾ ਸਾਰਿਆਂ ਦੇ ਘਰ ਜਾ ਕੇ ਇੱਕ ਵਾਰ ਸਰਵਿਸ ਹੀ ਆਪ ਹੁਣ ਇਸ ਵਾਰ ਵੀ ਕਰਾਏ ਕਿਸਾਨ ਵੀਰੋ ਕੰਪਨੀ ਵੱਲੋਂ ਇਹ ਕੰਪਨੀ ਵੱਲੋਂ ਆਏ ਅਗਲੇ ਸਾਲ ਇਸ ਵਾਰ ਨਹੀਂ ਅਗਲੇ ਸਾਲ ਜਾ ਕੇ ਵੀ ਬਾਈ ਕਹਿੰਦਾ ਆਪਣਾ ਇੰਨਾ ਕੁ ਘਰੇ ਜਾ ਕੇ ਕੰਪਨੀ ਨਾਲ ਪਿਆਰ ਮੁਹੱਬਤ ਆ ਲੋਕਾਂ ਦੇ ਘਰੇ ਜਾ ਕੇ ਸਰਵਿਸ ਕਰਕੇ ਆਏ ਆ ਅੱਛਾ ਵੀਰ ਜੀ ਇਹਦੀ ਸਬਸਿਡੀ ਹੈ ਜਿਹੜੀ ਉਹਦੇ ਬਾਰੇ ਦੱਸੋ ਮਾੜਾ ਜਿਹਾ ਸਬਸਿਡੀ ਦੇਖੋ ਜਿੰਨੀਆਂ ਵੀ ਸਰਕਾਰ ਵੱਲੋਂ ਮਿਲਦੀ ਹੈ ਅਪਲਾਈ ਕਰੇ ਸਭ ਤੇ ਸਬਸਿਡੀ ਆਈ ਹੈ ਜਿਨ੍ਹਾਂ ਨੇ ਅਪਲਾਈ ਕਰਿਆ ਕਰਿਆ ਬਾਈ ਜਿਹੜੇ ਅੱਜ ਨਵੇਂ ਕਿਸਾਨ ਤੁਹਾਨੂੰ ਫੋਨ ਕਰਨਗੇ ਉਹਨਾਂ ਨੂੰ ਉਹਨਾਂ ਦੀ ਜੇ ਉਹ ਇਸ ਵਾਰ ਕਰਤੀ ਹੁਣ ਜੇ ਸਰਕਾਰ ਨੇ ਸੋਸੋ ਸਰਕਾਰ ਨੇ ਕੱਢੀ ਹੈ ਸਬਸਿਡੀ ਫੈਲਾ ਮੰਗੀਆ ਤਾਂ ਜ਼ਰੂਰ ਮਿਲੂਗੀ ਜੀ ਕੋਈ ਸਬਸਿਡੀ ਅੱਛਾ ਇੱਕ ਕੋਈ ਲੋਨ ਵਗੈਰਾ ਜੀ ਲੋਨ SBI ਬੈਂਕ ਦੇ ਰਿਹਾ ਲੋਨ ਦੀ ਸੁਵਿਧਾ ਪੂਰੀ ਹੈ ਜੀ ਇਹ ਲੋਨ ਤੁਹਾਡੇ ਵੱਲੋਂ ਹੀ ਹੁੰਦਾ ਕੋਈ ਜ਼ਿਮੀਦਾਰ ਦਾ ਨਹੀਂ ਜ਼ਿਮੀਦਾਰ ਦਾ ਹੀ ਹੁੰਦਾ ਕੀ ਰੋਲ ਹੁੰਦਾ ਲੋਨ ਕਰਾਉਣ ਦਾ ਬਸ ਅਸੀਂ ਤਾਂ ਇਹ ਦੇਖਣਾ ਜ਼ਿਮੀਦਾਰ ਦੀ ਸਿਬਲ ਠੀਕ ਹੋਣੀ ਚਾਹੀਦੀ ਹੈ ਜੀ ਲੋਨ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸਕੀਮ ਚੱਲ ਰਹੀ ਹੈ ਸਰਕਾਰ ਦੀ 9% ਵਿਆਜ ਹੈ ਜੇ ਜ਼ਿਮੀਦਾਰ ਕਿਸ਼ਤਾਂ ਸਹੀ ਭਰ ਰਿਹਾ ਤਾਂ ਉਹਨੂੰ 3% ਮਾਫੀ ਵੀ ਆ ਰਹੀ ਹੈ ਜੀ ਕਿਸਾਨ ਵੀਰੋ 3% ਦੀ ਜੇ ਤੁਸੀਂ ਕਿਸ਼ਤਾਂ ਸਹੀ ਭਰੀਆਂ 3% ਦੀ ਤੁਹਾਨੂੰ ਸਬਸਿਡੀ ਵੀ ਮਿਲਣੀ 6% ਵਿਆਜ 6% ਵਿਆਜ ਜਾਨੀ ਆਪਾਂ ਪੰਜਾਬੀ ਸਰਲ ਭਾਸ਼ਾ 'ਚ ਕਹਿ ਲਈਏ 50 ਪੈਸੇ ਵਿਆਜ ਆ 50 ਪੈਸੇ ਵਿਆਜ ਦੇ ਉੱਤੇ ਤੁਹਾਨੂੰ ਸਕੀਮ ਚੱਲ ਰਹੀ ਹੈ ਸਕੀਮ ਗਵਰਨਮੈਂਟ ਵੱਲੋਂ ਆ SBI ਬੈਂਕ ਤੇ ਜੋ ਡੀਲਰ ਸਾਹਿਬ ਵੱਲੋਂ ਬੈਂਕ ਮੰਗੂਗੀ ਇਹ ਤੁਹਾਨੂੰ ਲਿਖ ਕੇ ਦੇਣਗੇ ਤੁਹਾਡੀ ਹੈਲਪ ਵੀ ਕਰਨਗੇ ਅਤੇ ਬਾਈ ਜੀ ਪੂਰਾ ਮਤਲਬ ਕਿ ਵੀ ਇਹਦੀ ਜਿਹੜੀ ਐਕੂਰੇਸੀ ਆ ਜਾਂ ਕੰਪਨੀ ਵੱਲੋਂ ਅੱਜ ਤੱਕ ਕੋਈ ਕਿੱਲਤ ਤੁਹਾਨੂੰ ਹੈ ਜੀ ਕਿੱਲਤ ਨਹੀਂ ਆਈ ਪਿਛਲੇ ਸਾਲ 15 ਪੀਸ ਵੇਚੇ ਨੇ ਜੀ 15 ਪੀਸਾਂ ਦੇ ਵਿੱਚ ਇੱਕ ਵੀ ਕੰਪਲੇਂਟ ਨਹੀਂ ਹੈਗੀ ਜੀ ਇੱਕ ਵੀ ਕੰਪਲੇਂਟ ਕਿਸੇ ਜ਼ਿਮੀਦਾਰ ਦੀ ਨਹੀਂ ਧੰਨਵਾਦ ਕਿਸਾਨ ਵੀਰੋ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਫਤਿਹਗੜ੍ਹ ਸਾਹਿਬ ਦੇ ਡੀਲਰ ਕੋਲ ਖੜਿਆ ਬਾਈ ਜਸਵੀਰ ਸਿੰਘ ਨੇ ਗੇ ਇਹਨਾਂ ਦੇ ਨੰਬਰ ਤੁਹਾਨੂੰ ਸਕਰੀਨ 'ਤੇ ਦੇ ਦਾਂਗੇ ਹੋਰ ਵਧੇਰੀ ਜਾਣਕਾਰੀ ਲਈ ਤੁਸੀਂ ਇਹਨਾਂ ਨਾਲ ਕਨੈਕਟ ਕਰ ਲਿਓ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ।